ਹਾਂਜੀ ਬੇਟਾ ਗੁਰਮਤਕਾਵ ਦਾ ਫੋਰਥ ਚੈਪਟਰ ਭਾਈ ਗੁਰਦਾਸ ਜੀ ਆਪਾਂ ਇਸ ਚੈਪਟਰ ਬਾਰੇ ਪੜ੍ਹਾਂਗੇ ਭਾਈ ਗੁਰਦਾਸ ਜੀ ਨੇ ਸਤਗੁਰ ਨਾਨਕ ਪ੍ਰਗਟਿਆ ਪਾਉੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ અવਤਾਰ ਧਾਰਨ ਸਮੇਂ ਸਮਾਜ ਵਿੱਚ ਕਿਹੜੇ ਪਰਿਵਰਤਨ ਦਾ ਵਰਣ ਕੀਤਾ ਹੈ ਆਪਣੇ ਸ਼ਬਦਾਂ ਵਿੱਚ ਲਿਖੋ ਭਾਈ ਗੁਰਦਾਸ ਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਇੱਕ ਅਦੁੱਤੀ ਘਟਨਾ ਸੀ ਭਾਈ ਗੁਰਦਾਸ ਜੀ ਦੇ ਅਨੁਸਾਰ ਗੁਰੂ ਜੀ ਦੇ ਜਨਮ ਤੋਂ ਬਾਅਦ ਪਖੰਡੀ ਅਲੋਪ ਹੋ ਗਈ ਗੁਰੂ ਜੀ ਦੇ ਉਪਦੇਸ਼ ਸੁਣ ਕੇ ਬਹਿਮ ਪਰਮ ਸਭ ਦੂਰ ਹੋ ਗਏ ਨਸ ਗਏ ਗੁਰੂ ਜੀ ਦੀ ਸ਼ਰਨ ਛੋਹ ਨਾਲ ਹਰ ਜਗ੍ਹਾ ਜਿਹੜੀ ਪੂਜਣ ਛੋ ਹੋ ਗਈ ਪੂਜਣ ਯੋਗ ਹੋ ਗਈ ਘਰ ਘਰ ਅੰਦਰ ਧਰਮਸ਼ਾਲਾ ਬਣ ਗਈ ਉੱਥੇ ਇਵੇਂ ਕੀਰਤਨ ਹੋਣ ਲੱਗ ਪਿਆ ਜਿਵੇਂ ਵਿਸਾਖੀ ਦਾ ਦਿਨ ਹੋਵੇ ਸਤਗੁਰੂ ਨਾਨਕ ਪ੍ਰਗਟਿਆ ਦਾ ਕੇਂਦਰੀਪਾ ਪਾਈ ਗੁਰਦਾਸ ਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਰੋਸ਼ਨੀ ਨਾਲ ਗਿਆਨ ਦੀ ਰੋਸ਼ਨੀ ਨਾਲ ਨਾਸ਼ ਕਰਨ ਦਾ ਕਾਰਨ ਬਣਿਆ ਗੁਰੂ ਜੀ ਦੇ ਉਪਦੇਸ਼ਾਂ ਵਿਚਾਰਾਂ ਨੇ ਧਾਰਮਿਕ ਪਖੰਡੀਆਂ ਦੇ ਪੈਰ ਉਖਾੜ ਦਿੱਤੇ ਹਰ ਘਰ ਜਿਵੇਂ ਧਰਮਸ਼ਾਲਾ ਬਣ ਗਿਆ ਜਿੱਥੇ ਪ੍ਰਮਾਤਮਾ ਦਾ ਨਾਮ ਸਿਮਰਨ ਭਾਵ ਜਸ ਗਾਇਨ ਹੋਣ ਲੱਗ ਪਿਆ ਆਪ ਪਲਾ ਸਭ ਜਗ ਪਲਾ ਕਵਿਤਾ ਦਾ ਕੇਂਦਰੀ ਭਾਗ ਭਾਈ ਗੁਰਦਾਸ ਜੀ ਅਨੁਸਾਰ ਜਿਹੜਾ ਮਨੁੱਖ ਭਲਾ ਹੁੰਦਾ ਉਸ ਨੂੰ ਹਰ ਪਾਸੇ ਆਪਣੇ ਵਰਗੇ ਹੀ ਭਲੇ ਦਿਖਾਈ ਦਿੰਦੇ ਹਨ ਅਤੇ ਬੁਰੇ ਮਨੁੱਖ ਨੂੰ ਹਰ ਪਾਸੇ ਬੁਰੇ ਮਨੁੱਖੀ ਦਿਖਾਈ ਦਿੰਦੇ ਹਨ ਸ਼੍ਰੀ ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਪ੍ਰੇਮ ਭਗਤੀ ਕਾਰਨ ਉਹਨਾਂ ਦੀ ਸਹਾਇਤਾ ਕੀਤੀ ਕੌਰਵਾ ਦੇ ਪ੍ਰੇਮ ਕੌਰਵਾ ਦੇ ਵੈਰ ਭਾਵ ਨੂੰ ਉਹਨਾਂ ਅਸਵੀਕਾਰ ਕਰ ਦਿੱਤਾ ਯੁਧਿਸ਼ਟਰ ਅਤੇ ਦੁਰਯੋਜਨ ਚੰਗੇ ਤੇ ਬੁਰੇ ਮਨੁੱਖ ਦੀ ਭਾਲ ਵਿੱਚ ਨਿਕਲੇ ਉਹਨਾਂ ਦੋਹਾਂ ਦੀ ਦ੍ਰਿਸ਼ਟੀ ਸਮਾਨ ਨਹੀਂ ਸੀ ਯੁਧਿਸ਼ਟਰ ਨੂੰ ਕੋਈ ਬੁਰਾ ਨਜ਼ਰ ਨਹੀਂ ਆ ਰਿਹਾ ਸੀ ਅਤੇ ਦੁਰਯੋਜਨ ਨੂੰ ਕੋਈ ਚੰਗਾ ਨਜ਼ਰ ਨਹੀਂ ਆ ਰਿਹਾ ਸੀ ਵੈਸੇ ਵੀ ਮਨੁੱਖ ਦੇ ਅੰਦਰ ਜੋ ਹੋਵੇ ਉਹੀ ਬਾਹਰ ਦਿਖਾਈ ਦਿੰਦਾ ਹੈ ਭਾਵ ਅੱਜ ਦੇ ਟਾਈਮ 'ਚ ਸਮੇਂ ਦੇ ਵਿੱਚ ਚੰਗੇ ਇਨਸਾਨ ਨੂੰ ਸਾਰੇ ਚੰਗੇ ਦਿਸਦੇ ਨੇ ਤੇ ਬੁਰੇ ਇਨਸਾਨ ਨੂੰ ਸਾਰੇ ਬੁਰੇ ਦਿਸਦੇ ਹਨ ਭਾਈ ਗੁਰਦਾਸ ਜੀ ਨੇ ਆਪ ਭਲਾ ਸਭ ਜਗ ਭਲਾ ਪੌੜੀ ਵਿੱਚ ਬੁਰਾ ਨਾ ਕੋਈ ਯੁਧਿਸ਼ਟਰੀ ਦਰਜੋਜਨ ਕੋ ਭਲਾ ਨਾ ਦੇਖੇ ਤੁਕ ਰਾਹੀ ਕੀ ਪ੍ਰਗਟਾਇਆ ਹੈ ਭਾਈ ਗੁਰਦਾਸ ਜੀ ਨੇ ਇਸ ਤੁਕ ਰਾਹੀ ਮਨੁੱਖੀ ਕਿਰਦਾਰ ਦੀ ਸਚਾਈ ਪ੍ਰਗਟਾਈ ਹੈ ਜੋ ਚੰਗੇ ਜਾਂ ਬੁਰੇ ਭਾਵ ਮਨੁੱਖ ਦੇ ਹੁੰਦੇ ਹਨ ਉਹੀ ਉਸ ਦੇ ਕਰਮਾਂ ਵਿੱਚ ਪ੍ਰਗਟ ਹੁੰਦੇ ਹਨ ਯੁਦਿਸ਼ਠਰ ਅਤੇ ਦਰਯੋਜਨ ਦੋਵੇਂ ਸਾਇਤਾ ਦੀ ਭਾਲ ਵਿੱਚ ਗਏ ਯੁਦਿਸ਼ਠਰ ਨੂੰ ਕੋਈ ਬੁਰਾ ਅਤੇ ਦਰਯੋਜਨ ਨੂੰ ਕੋਈ ਚੰਗਾ ਨਜ਼ਰ ਨਹੀਂ ਆ ਰਿਹਾ ਸੀ ਕਿਉਂਕਿ ਦੋਨਾਂ ਦੀ ਦ੍ਰਿਸ਼ਟੀ ਸਮਾਨ ਨਹੀਂ ਸੀ ਚੰਗੇ ਭਾਵ ਰੱਖਣ ਵਾਲਾ ਚੰਗੀ ਦ੍ਰਿਸ਼ਟੀ ਅਤੇ ਕਰਮ ਵਿੱਚ ਵਿਸ਼ਵਾਸ ਕਰਦਾ ਹੈ ਬੁਰੇ ਭਾਵ ਰੱਖਣ ਵਾਲਾ ਬਿਲਕੁਲ ਇਸ ਦੇ ਉਲਟ ਹੁੰਦਾ ਹੈ ਦੇਖ ਪ੍ਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਪੌੜੀ ਦੇ ਆਧਾਰ ਤੇ ਦੱਸੋ ਕਿ ਭਾਈ ਗੁਰਦਾਸ ਜੀ ਨੇ ਅੱਛੇ ਆਚਰਨ ਕਿਹੜੇ ਨੁਕਤੇ ਦੱਸੇ ਹਨ ਪ੍ਰਾਈ ਇਸਤਰੀ ਨੂੰ ਉਮਰ ਅਨੁਸਾਰ ਮਾਂ ਭੈਣ ਜਾਂ ਬੇਟੀ ਸਮਝਣਾ ਚਾਹੀਦਾ ਹੈ ਪੁੱਤਰ ਇਸਤਰੀ ਜਾਂ ਪਰਿਵਾਰ ਦੇ ਮੂੰਹ ਉਦੀਨ ਕੋਈ ਛਲਕਪਟ ਨਹੀਂ ਕਰਨਾ ਚਾਹੀਦਾ ਉਸਤਤ ਜਾਂ ਨਿੰਦਿਆ ਸੁਣ ਕੇ ਕਿਸੇ ਨੂੰ ਬੁਰਾ ਆਖਣਾ ਨਹੀਂ ਚਾਹੀਦਾ ਆਪਣੇ ਆਪ ਨੂੰ ਵੱਡੇ ਪ੍ਰਤਾਪੀ ਨਹੀਂ ਗਿਣਨਾ ਚਾਹੀਦਾ ਅਤੇ ਹੰਕਾਰ ਵਸੋ ਕੇ ਕਿਸੇ ਦਾ ਦੁੱਖ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਦੇਖ ਪ੍ਰਾਈਆਂ ਚੰਗਿਆਂ ਦਾ ਕੇਂਦਰੀ ਭਾਵ ਪਾਈ ਗੁਰਦਾਸ ਜੀ ਅਨੁਸਾਰ ਮਨੁੱਖ ਨੂੰ ਚੰਗੇ ਆਚਰਣ ਨੂੰ ਧਾਰਨ ਕਰਨਾ ਚਾਹੀਦਾ ਹੈ ਭਾਵੇਂ ਆਪਣਾ ਆਚਰਣ ਆਪਣਾ ਚਰਿੱਤਰ ਜਿਹੜਾ ਉਹ ਚੰਗਾ ਰੱਖਣਾ ਚਾਹੀਦਾ ਹੈ ਪ੍ਰਾਈ ਇਸਤਰੀ ਪ੍ਰਾਈ ਤਨ ਲਈ ਬੁਰੀ ਵਿਚਾਰ ਨਹੀਂ ਰੱਖਣੇ ਚਾਹੀਦੇ ਕਿਸੇ ਵੀ ਪ੍ਰਕਾਰ ਦੇ ਮੋਹ ਅਦੀਨ ਕਿਸੇ ਨਾਲ ਧੋਖਾ ਕਰਨ ਤੋਂ ਬਚਣਾ ਜ਼ਰੂਰੀ ਹੈ ਆਪਣੀ ਮਹਾਨਤਾ ਅਤੇ ਹੰਕਾਰ ਵਸ ਹੋ ਕੇ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਰੋਜ਼ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਰਾਤ ਜੋਗ ਦਾ ਆਨੰਦ ਮਾਣਿਆ ਜਾ ਸਕਦਾ ਹੈ ਅਕਿਰਤ ਕਣ ਪੌੜੀ ਦਾ ਕੇਂਦਰੀ ਪਾਪਾਈ ਗੁਰਦਾਸ ਜੀ ਅਨੁਸਾਰ ਜਿਹੜਾ ਮਨੁੱਖ ਕਿਸੇ ਦੀ ਕੀਤੀ ਨੇਕੀ ਨੂੰ ਵਿਚਾਰ ਦੇਵੇ ਉਹ ਮਨੁੱਖ ਇਸ ਧਰਤੀ ਤੇ ਭਾਰ ਹੈ ਇਹ ਭਾਰ ਉੱਚੇ ਪਹਾੜਾਂ ਕਿਲਿਆਂ ਗੜੀਆਂ ਸਮੁੰਹ ਪ੍ਰਕਿਰਤੀ ਅਣਗਿਣਤ ਜੀਵ ਜੰਤੂਆਂ ਤੋਂ ਭਾਰਾ ਭਾਰ ਤੋਂ ਵੀ ਬਿਵੱਧ ਚਾਪਦਾ ਹੈ ਉਸ ਵਰਗਾ ਬੁਰਾ ਹੋਰ ਕੋਈ ਨਹੀਂ ਹੋ ਸਕਦਾ ਜਿਹੜਾ ਕਿਸੇ ਦਾ ਪਰਉਪਕਾਰ ਨੂੰ ਕੀਤੀ ਨੇਕ ਨੂੰ ਪੁਲਾ ਦੇਵੇ ਭਾਈ ਗੁਰਦਾਸ ਜੀ ਨੇ ਕਿਰਤ ਕਰਨ ਪੌੜੀ ਵਿੱਚ ਕੀ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਭਾਈ ਗੁਰਦਾਸ ਜੀ ਨੇ ਮਨੁੱਖ ਨੂੰ ਸੁਚੇਤ ਕੀਤਾ ਹੈ ਕਿ ਉਹ ਅਕਿਰਤ ਕਰਨ ਨਾ ਬਣੇ ਅਕਿਰਤ ਕਰਨ ਵਰਗ ਮਨੁੱਖ ਵਰਗਾ ਮੰਦਾ ਹੋਰ ਕੋਈ ਨਹੀਂ ਹੈ ਨੈਕਸਟ ਹੈਗੇ ਨੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਿਸ ਦੇ ਜਨਮ ਨਾਲ ਜਗ ਵਿੱਚ ਚਾਨਣ ਹੋ ਗਿਆ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਕਿਹੜੀ ਥਾਂ ਪੂਜਨਯੋਗ ਹੋ ਜਾਂਦੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਹੁੰਦੀ ਸੀ ਗੁਰੂ ਨਾਨਕ ਦੇਵ ਜੀ ਕਿਸ ਯੁੱਗ ਵਿੱਚ ਪ੍ਰਗਟ ਹੋਏ ਕਲਯੁੱਗ ਦੇ ਵਿੱਚ ਸਤਿਗੁਰੂ ਨਾਨਕ ਪ੍ਰਗਟਿਆ ਕਿਸ ਦੀ ਰਚਨਾ ਹੈ ਭਾਈ ਗੁਰਦਾਸ ਜੀ ਦੀ ਪ੍ਰਾਈ ਇਸਤਰੀ ਨੂੰ ਕਿਵੇਂ ਚਾਰਨਾ ਚਾਹੀਦਾ ਹੈ ਮਾਮਾ ਭੈਣਾ ਧੀਆਂ ਦੇ ਸਮਾਨ ਰਾਜ ਜੋ ਕਿਸ ਨੂੰ ਮਿਲਦਾ ਹੈ ਗੁਰਮੁਖ ਨੂੰ ਜਿਹੜਾ ਹਾਸਮੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਰਹਿੰਦੇ ਨੇ ਕ੍ਰਿਸ਼ਨ ਜੀ ਨੇ ਕਿਸ ਦੀ ਸਹਾਇਤਾ ਕੀਤੀ ਤੇ ਕਿਉਂ ਕ੍ਰਿਸ਼ਨ ਜੀ ਨੇ ਪਾਣਵਾ ਦੀ ਸਹਾਇਤਾ ਕੀਤੀ ਇਹ ਸਾਇਤਾ ਉਹਨਾਂ ਨੇ ਪੰਡਵਾ ਦੀ ਪ੍ਰੇਮ ਭਗਤੀ ਨੂੰ ਵੇਖਦੇ ਹੋਏ ਕੀਤੀ ਸੀ। ਯੁਦਿਸ਼્థਰ ਅਤੇ ਦਰਯੋਜਨ ਵਿੱਚ ਕੀ ਫਰਕ ਸੀ? ਉਹਨਾਂ ਦੋਨਾਂ ਦੀ ਦ੍ਰਿਸ਼ਟੀ ਵਿੱਚ ਫਰਕ ਸੀ। ਯੁਦਿਸ਼્థਰ ਨੂੰ ਕੋਈ ਬੁਰਾ ਨਜ਼ਰ ਨਹੀਂ ਆਉਂਦਾ ਸੀ ਤੇ ਦਰਯੋਜਨ ਨੂੰ ਕੋਈ ਚੰਗਾ ਨਹੀਂ। ਕਰਵਾ ਦੇ ਚਿੱਤ ਵਿੱਚ ਕੀ ਸੀ ਬੈਰ ਭਾਵ? ਅਕਿਰਤਕਣ ਰਚਨਾ ਕਿਸ ਕਵੀ ਦੀ ਹੈ? ਪਾਈ ਗੁਰਦਾਸ ਜੀ ਦੀ। ਪਾਈ ਗੁਰਦਾਸ ਜੀ ਅਨੁਸਾਰ ਸਭ ਤੋਂ ਮੰਨਦਾ ਕੌਣ ਹੈ? ਅਕਿਰਤਕਣ। ਪਾਈ ਗੁਰਦਾਸ ਜੀ ਦਾ ਜਨਮ ਕਦੋਂ ਹੋਇਆ? 1569 ਈਸਵੀ ਦੇ ਵਿੱਚ। ਪਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਸੀ ਭਤੀਜੇ ਪਾਈ ਗੁਰਦਾਸ ਜੀ ਕਿਹੜੀਆਂ ਭਾਸ਼ਾਵਾਂ ਦੇ ਵਿਦਵਾਨ ਸਨ ਸੰਸਕ੍ਰਿਤ ਬ੍ਰਿਜ ਸੰਸਕ੍ਰਿਤ ਬ੍ਰਿਜ ਫਾਰਸੀ ਤੇ ਪੰਜਾਬੀ ਆਪ ਜੀ ਕਿਹੜੀਆਂ-ਕਿਹੜੀਆਂ ਥਾਵਾਂ ਤੇ ਗਏ ਆਗਰਾ ਬਨਾਰਸ ਅਤੇ ਉਜੈਨ ਪਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਲਿਖੀਆਂ 40 ਪਾਈ ਗੁਰਦਾਸ ਜੀ ਦਾ ਦਿਹਾਂਤ ਕਦੋਂ ਹੋਇਆ 1637 ਈਸਵੀ ਦੇ ਵਿੱਚ